दोस्तों सत श्री अकाल, मैं तुहाड़ा अपना वीर धर्मपाल जसों माजरा। अज जिस तरह पंजाब दे विच लोक सेंटर सरकार तो बहुत दुखी ने, उत्थे ही हिंदू समाज दे विच भी जो उन्होंने इंसाफ मिलना थी वो सरकारां ने सेंटर दिया ने नहीं दिता। कांग्रेस अते बीजेपी ने बहुत लंबा समा राज कीता साडे उत्ते, 75 साल तो उत्ते दा समा हो गया, पर साडी नौजवानी अते साडी किसानी दा इन्होंने ध्यान कीता। आने वाली 2024 की इलैक्शन इन्हां दोहे पार्टियां दा इहो जिहा बाइकाट कीता जावे ता कि इन्हां नूं पता लग जावे भी जो पंजाब नाल धक्का करूगा उहदा की असर हुंदा। अज मैं लोक सभा हलका पटियाले तो उम्मीदवार के तौर पर पार्टी ने मैनू ऐलान किया है, जिस विच मैं धर्मपाल जसों माजरा सूबा प्रधान नैशनल अपनी पार्टी पंजाब के वलों ये विश्वास भी दवाना भी 2024 की इलैक्शन जित के पटियाले दे विच पहला तो साडा जिहड़े नौजवान नशिया वल नूं चले हुए ने, जिथे कि साडिया मावां नूं रोज़ पुत्तां दे सीवियां नूं एक दा ठंडा नहीं हुंदा, जदे ही दूजे नूं अग लाउणी पैंदी आ, पूरा पंजाब भाबर वांग मचदा है, भैणां दे भाई खोई जा रहे ने, मावां दे पुत्त खोई जा रहे ने, पर सरकारां कुंभकर्ण दी नींद सुत्तियां होईयां ने। साडे सरकारां दा जदों नशा नहीं बंद होया तां बाहर दीआं सरकारां नाल किवें जंग लड़नगे। ये सारी मिली भुगत करके पंजाब दे विच घर घर नशा पहुँच गया। साडे आम बच्चे नूं पता हुंदा भी कित्थे नशा बिकदा, पर ये सरकारां ते राजनीतिक आगू ने जिहड़े ये बिल्कुल इस गल बात ध्यान नहीं दिंदे भी असीं ये नशियां ते काबू कीता जावे, जां सरकारां दी जिम्मेवारी बनदी आ भी जिथे अज सरेआम दिन दिहाड़े गोली मार के नौजवानां दी आत्महत्या की जाती है, उन्होंने व्यापारियों के हमले किए जाते हैं, व्यापारी वर्ग बहुत दुखी आ। साडा जिहड़ा फैक्ट्री लाने वाला व्यापारी बंदा वह पंजाब नूं छड्ड के बाहरलियां स्टेटां च जाण लग गया। पर मैं सरकारां नूं कहूँगा भी जे सरकारां दुवेकी मूंह तौर जवाब असीं ने ना दिता तो 2024 की इलैक्शन जे बीजेपी जित जाती आ जां कांग्रेस जितती आ ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਆਤਮ ਹੱਤਿਆ ਕਰਨ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੋਊਗਾ। ਇਸ ਕਰਕੇ ਆਓ ਆਪਾਂ ਸਾਰੇ ਮਿਲ ਕੇ ਨੈਸਰ ਆਪਣੀ ਪਾਰਟੀ ਪੰਜਾਬ ਦੇ 13 ਉਮੀਦਵਾਰ ਪੰਜਾਬ ਵਿੱਚ ਐਲਾਨ ਕੀਤੇ ਜਾ ਚੁੱਕੇ ਨੇ ਅਤੇ ਬਾਕੀ ਹਰ ਹਲਕੇ ਦੇ ਵਿੱਚ ਇਹ ਤੁਹਾਡੀ ਆਪਣੀ ਪਾਰਟੀ ਆ, ਤੁਹਾਡੇ ਪਰਿਵਾਰਾਂ ਦੀ ਪਾਰਟੀ ਆ, ਘਰ ਘਰ ਵਿੱਚ ਦੇਖੋ ਮੈਂ ਨਹੀਂ ਪਹੁੰਚ ਸਕਦਾ, ਸਮਾਂ ਬਹੁਤ ਘੱਟ ਆ ਅਤੇ ਮੈਂ ਇੱਕ ਗਰੀਬ ਜਿਹਾ ਨੌਜਵਾਨ ਹਾਂ, ਪਰ ਮੈਂ ਪੰਜਾਬ ਨੂੰ ਜਾਗ ਲਾਉਣ ਵਾਸਤੇ ਅੱਜ ਆਪਣੇ ਹੌਂਸਲੇ ਬੁਲੰਦ ਕਰਕੇ ਪੰਜਾਬ ਦੀ ਯਾਤਰਾ ਕਰਨ ਲਈ 23 ਮਾਰਚ ਨੂੰ ਨਾਭਾ ਦੇ ਵਿੱਚ ਇੱਕ ਬਹੁਤ ਵੱਡੀ 10 ਵਜੇ ਇਕੱਠ ਕਰਨ ਜਾ ਰਹੇ ਹਾਂ, ਜਿਸ ਵਿੱਚ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਉਣ ਦਾ ਸੱਦਾ ਦਿੱਤਾ ਹੈ। ਅਤੇ ਆਓ ਆਪਾਂ ਸਾਰੇ ਨਾਭੇ ਦੇ ਵਿੱਚ ਪਟਿਆਲਾ ਗੇਟ ਡਾਕਟਰ ਭੀਮ ਰਾਏ ਅੰਬੇਦਕਰ ਜੀ ਦੇ ਹਾਰ ਪਾ ਕੇ, ਜਿਨ੍ਹਾਂ ਨੇ ਐਡਾ ਵੱਡਾ ਸੰਵਿਧਾਨ ਲਿਖਿਆ ਸੀ, ਜਿਹੜੇ ਸੰਵਿਧਾਨ ਨੂੰ ਸਾਡੇ ਰਾਜਨੀਤਿਕ ਆਗੂਆਂ ਨੇ ਪਿਛਲੇ 75 ਸਾਲਾਂ ਤੋਂ ਇੱਕ ਮਖੌਲ ਸਮਝ ਰਿਹਾ ਅਤੇ ਰਾਜਨੀਤਿਕ ਰਾਜਦਾਰ ਅਫਸਰ ਸ਼ਾਹੀ ਨੇ ਜਿਹੜੀਆਂ ਸੋਹਾਂ ਖਾਧੀਆਂ ਸੀ ਵੀ ਅਸੀਂ ਪੂਰੀ ਇਮਾਨਦਾਰੀ ਦਾ ਕੰਮ ਕਰਾਂਗੇ, ਗਰੀਬ ਦੀ ਰੱਖਿਆ ਕਰਾਂਗੇ, ਹਰ ਬੰਦੇ ਨੂੰ ਇਨਸਾਫ ਦਵਾਵਾਂਗੇ, ਉਹ ਬਿਲਕੁਲ ਵੀ ਕਿਸੇ ਨੇ ਕੋਈ ਇਨਸਾਫ ਨਾ ਦਵਾਉਂਦੇ ਹੋਏ ਮੇਰੀਆਂ ਭੈਣਾਂ ਕੋਰਟ ਕਚਹਿਰੀਆਂ ਦੇ ਵਿੱਚ ਇਨਸਾਫ ਲਈ ਦਿਨ ਰਾਤ ਮੰਗਦੀਆਂ ਨੇ ਪਰ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ। ਇੱਕ ਇੱਜ਼ਤਦਾਰ ਬੰਦੇ ਦੀ ਥਾਣੇ ਕੋਰਟ ਕਚਹਿਰੀਆਂ ਦੇ ਵਿੱਚ ਬੇਇੱਜ਼ਤੀ ਕੀਤੀ ਜਾਂਦੀ ਆ। ਅਸੀਂ ਇੱਕ ਅਜਿਹਾ ਕਾਨੂੰਨ ਲੈ ਕੇ ਆਵਾਂਗੇ ਵੀ ਕਿਸੇ ਵੀ ਇਮਾਨਦਾਰ ਜਾਂ ਸ਼ਰੀਫ ਬੰਦੇ ਦੀ ਕਿਸੇ ਥਾਣੇ ਕਚਹਿਰੀਆਂ ਵਿੱਚ ਕੋਈ ਬੇਇੱਜ਼ਤੀ ਨਹੀਂ ਕੀਤੀ ਜਾਊਗੀ ਅਤੇ ਹਰ ਇੱਜ਼ਤਦਾਰ ਬੰਦੇ ਦਾ ਮਾਣ ਸਨਮਾਨ ਉਸੇ ਤਰ੍ਹਾਂ ਬਹਾਲ ਰਹੂਗਾ। ਅਤੇ ਜਿਹੜਾ ਕੋਈ ਅਫਸਰ ਕਿਸੇ ਗਰੀਬ ਬੰਦੇ ਦਾ ਧੱਕਾ ਕਰੂਗਾ ਜਾਂ ਉਹਦੀ ਬੇਇੱਜ਼ਤੀ ਕਰੂਗਾ ਤਾਂ 24 ਤੌਰ ਧਾਰੀ ਘੰਟਿਆਂ ਦੇ ਵਿੱਚ ਵਿੱਚ ਉਸਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨੂੰ ਨੌਕਰੀ ਤੋਂ ਟਰਮੀਨੇਟ ਤੱਕ ਕਰਨ ਤੱਕ ਦਾ ਵੀ ਵਿਸ਼ਵਾਸ ਦਿਵਾਉਂਦੇ ਹਾਂ।
ਤੇ ਅਸੀਂ ਹਾਈ ਕੋਰਟ ਨੂੰ ਵੀ ਪਾ ਕੇ ਇੱਕ ਰਿਟ ਪਾਵਾਂਗੇ ਵੀ ਪਿਛਲੇ 15-20 ਸਾਲਾਂ ਵਿੱਚ ਮੌਤਾਂ ਹੋਈਆਂ ਨੇ, ਉਹ ਕਿਹੜੇ ਕਿਹੜੇ ਹਲਕਿਆਂ ਵਿੱਚ ਮੌਤਾਂ ਹੋਈਆਂ ਨੇ, ਕਿੰਨੇ ਬੰਦਿਆਂ ਨੇ ਉੱਥੇ ਆਪਣੇ ਮਾਵਾਂ ਨੇ ਪੁੱਤ ਗਵਾ ਤੇ, ਭੈਣਾਂ ਨੇ ਭਾਈ ਗਵਾ ਤੇ, ਉਸ ਹਲਕੇ ਦੇ MLA 'ਤੇ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਵਾਂਗੇ ਅਤੇ ਉਸ ਅਫਸਰ ਦੇ ਵੀ ਖਿਲਾਫ਼ ਕਾਰਵਾਈ ਕਰਾਉਣ ਲਈ ਹਾਈ ਕੋਰਟ ਨੂੰ ਅਪੀਲ ਕਰਾਂਗੇ ਵੀ ਤਾਂ ਕਿ ਇਹ ਅਫਸਰਸ਼ਾਹੀ ਅਤੇ ਰਾਜਨੀਤਿਕ ਲੋਕਾਂ ਨੇ ਜਿਹੜਾ ਸਾਡਾ ਮਖੌਲ ਬਣਾ ਲਿਆ, ਸਾਨੂੰ ਯਾਨੀ ਕਿ ਇੱਕ 5 ਸਾਲਾਂ ਬਾਅਦ ਸਾਡੇ ਭਿਖਾਰੀਆਂ ਦੇ ਵਾਂਗੂ ਆਉਂਦੇ ਨੇ ਪਿੰਡਾਂ ਵਿੱਚ ਵੀ ਮੈਨੂੰ ਵੋਟ ਪਾ ਦਿਉ, ਮੈਂ ਰਾਜ ਨਹੀਂ ਸੇਵਾ ਕਰੂੰ, ਪਰ ਇਹ ਰਾਜ ਨਹੀਂ ਇਹ ਵਪਾਰ ਕਰਨ ਲੱਗ ਗਏ, ਇਹ ਇੱਕ ਬਿਜ਼ਨਸ ਬਣਾ ਲਿਆ ਇਹਨਾਂ ਨੇ। ਪਰ ਪਿਛਲੇ 1-2 ਮਹੀਨੇ ਮਿੰਤਾਂ ਕਰਦੇ ਨੇ, 5 ਸਾਲ ਫਿਰ ਸਾਡੇ ਲੋਕਾਂ ਦੇ ਪਰਚੇ ਦਰਜ ਕਰਾਉਂਦੇ ਨੇ, ਇਹ ਆਪਣੀਆਂ ਪਾਰਟੀਆਂ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਮਿਹਨਤ 5-5 ਸਾਲ ਕਰਕੇ ਉਹਨਾਂ ਨੂੰ ਤਾਂ ਭਰਾ ਘਰਾਂ 'ਚ ਬਿਠਾ ਦਿੰਦੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੁਨੀਆਂ ਵਿਰੋਧੀ ਪਾਰਟੀਆਂ ਵਿੱਚੋਂ ਲਿਆ ਕੇ ਬੰਦਿਆਂ ਨੂੰ ਉਹਨਾਂ ਨੂੰ MLA ਦੇ ਟਿਕਟਾਂ ਦੇ ਦਿੰਦੇ ਨੇ, MP ਦੇ ਟਿਕਟਾਂ ਦੇ ਦਿੰਦੇ ਨੇ, ਚੇਅਰਮੈਨੀਆਂ ਦੇ ਦਿੰਦੇ ਨੇ। 1-75 ਸਾਲਾਂ 'ਚ ਸਰਕਾਰ ਦੱਸੇ ਵੀ ਜਿਹਨੇ ਇਮਾਨਦਾਰ ਵਰਕਰ ਨੂੰ ਕੋਈ ਅਹੁਦਾ ਦਿੱਤਾ ਹੋਵੇ। ਇਸ ਕਰਕੇ ਆਓ ਆਪਾਂ ਸਾਰੇ ਮਿਲ ਕੇ 2024 ਦੀ ਇਲੈਕਸ਼ਨ ਦੇ ਵਿੱਚ ਸਰਗਰਮ ਹੋਈਏ। ਸਰਦਾਰ ਭਗਤ ਸਿੰਘ ਜੀ ਨੇ ਜਿਹੜਾ ਸੁਪਨਾ ਦੇਖਿਆ ਸੀ, ਸਰਦਾਰ ਊਧਮ ਸਿੰਘ ਵਰਗਿਆਂ ਨੇ, ਉਹ ਸੁਪਨਾ ਆਪਾਂ 2024 ਦੇ ਵਿੱਚ ਪੂਰਾ ਕਰੀਏ ਅਤੇ ਘਰ ਘਰ ਦੀ 1-1 ਵੋਟ ਦੇ ਨੈਸ਼ਨਲ ਆਪਣੀ ਪਾਰਟੀ ਪੰਜਾਬ ਦੇ ਚੋਣ ਨਿਸ਼ਾਨ 'ਤੇ ਲਾਈਏ, ਤਾਂ ਕਿ ਜਿਹੜੇ ਇਹ ਲੋਕਾਂ ਨੇ ਸਾਡੀਆਂ ਮੌਤਾਂ ਅਤੇ ਸਾਡਾ ਮਖੌਲ ਬਣਾਇਆ ਅਤੇ ਸਾਨੂੰ ਨਿਚਾਰ ਬਣਾਤਾ, ਸਾਡੇ ਅੱਜ ਪੱਲੇ ਕੁਛ ਨਹੀਂ ਹੈਗਾ, ਅਸੀਂ 1500-2000 ਦੇ ਬੱਚੇ ਨੌਕਰੀ ਕਰਦੇ ਨੇ, ਇਹਨਾਂ ਨੇ ਬਿਜ਼ਨਸ ਭਰਾਈ ਨੂੰ ਬਿਜ਼ਨਸ ਬਣਾ ਲਿਆ, ਇਹਨਾਂ ਨੇ ਸਾਡੇ ਧਰਮ ਨੂੰ ਬਿਜ਼ਨਸ ਬਣਾ ਲਿਆ, ਇਹਨਾਂ ਨੇ ਸਾਡਾ 1 ਸੋਸ਼ਲ ਕੰਮ ਇਹੋ ਜਿਹਾ ਨਹੀਂ ਛੱਡਿਆ ਜਿਸ ਨਾਲ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕੀਏ। ਜੇ ਅਸੀਂ ਨੇ ਪੰਜਾਬ ਬਚਾਉਣਾ, ਆਪਣੇ ਬੱਚੇ ਬਚਾਉਣੇ ਨੇ, ਤਾਂ 2024 ਦੀ ਇਲੈਕਸ਼ਨ ਪੂਰੀ ਇਮਾਨਦਾਰੀ ਨਾਲ ਅਤੇ ਪੂਰੀ ਹੌਸਲੇ ਨਾਲ ਸਾਨੂੰ ਲੜਨੀ ਪਊਗੀ। ਮੈਂ ਤੁਹਾਡਾ ਆਪਣਾ ਵੀਰ ਅਤੇ ਸੈਂਟਰ ਦੀਆਂ ਸਰਕਾਰਾਂ ਨੇ ਜਿੰਨੀਆਂ ਵੀ ਉਹਨਾਂ ਦਾ ਮੂੰਹ ਤੋੜ ਜਵਾਬ ਦੇਈਏ ਅਤੇ ਜਿਹੜੇ ਅੱਜ ਧਰਮ ਦੇ ਨਾਂ 'ਤੇ ਸਾਨੂੰ ਜਾਂ ਸਾਨੂੰ ਰਾਜਨੀਤਿਕ ਜਾਂ ਵਪਾਰ ਦੇ ਨਾਂ 'ਤੇ ਸਾਨੂੰ ਵਾਅਦੇ ਕਰਦੇ ਨੇ, ਪਰ ਉਹਨਾਂ ਨੂੰ ਪੁੱਛੋ ਵੀ ਉਹ ਜਿਹੜੇ ਵਾਅਦੇ ਨੇ ਵੀ ਤੁਹਾਡੀ ਤਨਖਾਹ 1 ਦਿਨ ਦੀ 5000 ਰੁਪਇਆ ਦਿਹਾੜੀ ਕਿਉਂ ਆ, ਸਾਡੇ ਬੱਚਿਆਂ ਦੀ 300 ਰੁਪਇਆ ਦਿਹਾੜੀ ਕਿਉਂ ਆ, ਇਹਦੇ ਵਿੱਚੋਂ ਮੈਨੂੰ ਕਹਿਣ ਦੀ ਲੋੜ ਨਹੀਂ, ਤੁਹਾਨੂੰ ਪਤਾ ਲੱਗ ਜੂ ਕਿੱਡੀਆਂ ਕਿੱਡੀਆਂ ਫੈਕਟਰੀਆਂ ਮਿੱਲਾਂ ਨਾਲ ਮਿਲ ਕੇ ਇਹਨਾਂ ਦੇ ਆਪਣੇ ਕਰੋੜਾਂ ਅਰਬਾਂ ਰੁਪਏ ਦੇ ਬਿਜ਼ਨਸ ਚੱਲਦੇ ਨੇ। ਅਤੇ ਅੱਜ ਅਵਾਨੀ ਨੇ ਸਾਡੇ ਪਿੰਡਾਂ ਘਰਾਂ ਤੱਕ ਸੜਕਾਂ ਕਰਤੀ ਆ, ਉਹ ਸਾਨੂੰ ਇੱਕ ਇਹੋ ਜਿਹੇ ਰੱਸੇ ਦੇ ਵਿੱਚ ਬੰਨਣ ਲੱਗੇ ਨੇ ਜਿਹੜਾ ਰੱਸਾ ਸਾਤੋਂ ਗੱਠਾ ਖੋਲ੍ਹਣੀਆਂ ਬਹੁਤ ਔਖੀਆਂ ਹੋ ਜਾਣਗੀਆਂ। ਜਿਹੜੇ ਵੀ ਸਾਡੇ ਬਾਹਰੋਂ ਆਈਆਂ ਸਰਕਾਰਾਂ ਜਾਂ ਸੈਂਟਰ ਦੀਆਂ ਸਰਕਾਰਾਂ ਪੰਜਾਬ ਨਾਲ ਪੰਜਾਬ ਨੂੰ ਗੁੰਮਰਾਹ ਕਰ ਰਹੀਆਂ ਨੇ, ਪੰਜਾਬ ਦੇ ਵਪਾਰ ਦੇ ਨਾਂ ਦੇ ਉੱਤੇ ਅੱਜ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ, ਤਾਂ ਜੇ ਅਸੀਂ 2024 'ਚ ਨਾ ਜਾਗੇ ਤਾਂ ਸਾਨੂੰ ਇਹ ਪਿਛਲੇ 50 ਸਾਲ ਹੋਰ ਪਿੱਛੇ ਚੱਲੇ ਜਾਵਾਂਗੇ। ਆਓ ਮਿਲ ਕੇ ਆਪਾਂ ਇਕੱਠੇ ਹੋਈਏ। ਮੇਰੇ ਧਰਮਪਾਲ ਜੱਸੋ ਮਾਜਰਾ ਮੇਰਾ ਨਾਮ ਆ ਅਤੇ ਪਿਛਲੇ 31 ਸਾਲਾਂ ਤੋਂ ਮੈਂ ਰਾਜਨੀਤੀ ਦੀ ਸੇਵਾ ਕਰਦਾ ਆ ਰਿਹਾ। ਪਹਿਲਾਂ ਵੀ ਲੋਕ ਸਭਾ ਇਲੈਕਸ਼ਨ ਲੜੀ, ਫਿਰ ਵਿਧਾਨ ਸਭਾ ਇਲੈਕਸ਼ਨ ਲੜੀ ਅਤੇ ਹੁਣ ਦੁਬਾਰਾ ਤੁਹਾਡੀ ਕਚਹਿਰੀ ਵਿੱਚ ਆਇਆ। ਮੇਰੇ ਕੋਲ ਨਾ ਕੋਈ ਧਨ ਆ, ਨਾ ਕੋਈ ਮੇਰੇ ਕੋਲ ਕੋਠੀਆਂ ਮਹਿਲ ਨੇ, ਨਾ ਕੋਈ ਗੱਡੀਆਂ ਨੇ, ਮੇਰਾ ਤੁਹਾਡੇ ਮੇਰੇ ਮਾਤਾ ਪਿਤਾ ਦੇ ਸਮਾਨ ਤੁਸੀਂ ਪੰਜਾਬ ਵਾਸੀ ਹੋ, ਮੇਰੇ ਵੱਡੇ ਭਰਾ ਦੇ ਦਾਤੇ ਤੁਸੀਂ, ਮੇਰੇ ਵੀਰ ਹੋ, ਭੈਣਾਂ ਹੋ, ਤੁਸੀਂ ਨੇ ਮੇਰਾ ਸਾਥ ਦੇਣਾ। 2024 ਦੀ ਇਲੈਕਸ਼ਨ ਜਿੱਤ ਕੇ ਆਪਾਂ ਦੁਬਾਰਾ ਭਗਤ ਸਿੰਘ ਜੀ ਦਾ ਉਹੀ ਸੁਪਨਾ ਸਵੀਕਾਰ ਕਰੀਏ। ਇਹ ਜਿਹੜੇ ਲੀਡਰ ਅੱਜ ਭਗਤ ਸਿੰਘ ਦੀਆਂ ਨਾਂ 'ਤੇ ਪੱਗਾਂ ਬੰਨ੍ਹੀ ਬੈਠੇ ਨੇ, ਇਹਨਾਂ ਨੇ ਉਹ ਭਗਤ ਸਿੰਘ ਦਾ 1 ਸੁਪਨਾ ਪੂਰਾ ਨਹੀਂ ਕੀਤਾ। ਆਓ ਇਹਨਾਂ ਨੂੰ ਪੁੱਛੀਏ ਵੀ ਤੁਹਾਡੇ ਇਹ ਜਿਹੜੀਆਂ ਪੱਗਾਂ ਆਜ਼ਾਦੀ ਵਾਸਤੇ ਸੀ, ਨਾ ਕਿ ਮੌਜ ਮਸਤੀ ਵਾਸਤੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।